ਅੱਜ ਦਾ ਜਿਹੜਾ ਮੁਕਾਮ ਹਾਸਲ ਕੀਤਾ ਹੈ, ਮਨ ਦੇ ਵਿੱਚ ਕਿਤੇ ਸੋਚਿਆ ਸੀਗਾ ਇਹ ਕਿਵੇਂ ਸਾਰੀ ਸਫਲਤਾ ਹਾਸਲ ਹੋਈ? ਇੱਛਾ ਤਾਂ ਸੀਗੀ ਕਦੇ ਨਾ ਕਦੇ ਹੋਊਗਾ। ਯੋਗਦਾਨ ਕਿਹਦਾ ਮੰਨਦੇ ਹੋ ਇਹਦੇ ਵਿੱਚ ਸਰ? ਪੇਰੈਂਟਸ ਦਾ, ਟੀਚਰਸ ਦਾ, ਪ੍ਰਿੰਸੀਪਲ ਸਰ ਦਾ, ਸਭ ਦਾ ਯੋਗਦਾਨ ਹੈ। ਪੜ੍ਹਾਈ ਵੀ ਕਰਦੇ ਸੀਗੇ ਨਾਲ, ਆਪਣੇ ਫਾਦਰ ਦੀ ਮਦਦ ਵੀ ਕਰਦੇ ਸੀ, ਸਾਰੀ ਦੇਖ ਰੇਖ ਵੀ ਜਾ ਕੇ ਦੁਕਾਨ 'ਤੇ ਕਰਦੇ? ਹਾਂਜੀ ਕਰਦੇ ਹਾਂ ਜੀ, ਦੁਕਾਨ ਘਰ ਦੇ ਵਿੱਚ ਹੀ ਹੈ, ਇਸ ਲਈ ਕਰਨਾ ਥੋੜ੍ਹਾ ਜਿਹਾ ਪੈਂਦਾ ਹੈਗਾ ਅਤੇ ਨਾਲ ਸਾਰਿਆਂ ਦਾ ਸਪੋਰਟ ਹੁੰਦਾ ਹੈ। ਸਪਨਾ ਹੀ ਲੱਗਦਾ ਪਿਆ ਕਿਹਾ ਸਰ ਨਹੀਂ ਹੈ। ਹਾਂਜੀ ਇਹ ਸੁਪਨਾ ਫਿਰ ਸਾਜਿਆ ਕਿਵੇਂ? ਬਸ ਮਿਹਨਤ ਨਾਲ ਅਤੇ ਟੀਚਰਸ ਦਾ, ਪੇਰੈਂਟਸ ਦਾ, ਸਭ ਦਾ ਆਸ਼ੀਰਵਾਦ ਹੈ। ਸੀਆ ਦੀ ਮਾਤਾ ਕਾਫੀ ਖੁਸ਼ ਦਿਖਾਈ ਦੇ ਰਹੇ ਹੈ, ਕਿਵੇਂ ਲੱਗਦਾ ਜੀ ਅੱਜ ਜਿਹੜੀ ਖੁਸ਼ੀ ਹੈ ਜਿਹੜੀ ਮਿਲਣ ਤੋਂ ਸਾਂਭੀ ਜਾਂਦੀ? ਹਾਂਜੀ ਨਹੀਂ ਸਾਂਭੀ ਜਾਂਦੀ। ਇਸ ਸਕੂਲ ਦੇ ਵਿੱਚ ਜਿਸ ਤਰ੍ਹਾਂ ਇਸ ਬੱਚੀ ਨੇ ਮਾਣ ਮਰਿਆਦਾ ਪ੍ਰਾਪਤ ਕੀਤੀ ਹੈ, ਅਗਲੇ ਸਾਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੱਚੀਆਂ ਮਾਣ ਮਰਿਆਦਾ ਪੂਰੀ ਕਰਕੇ ਆਪਣੇ ਮਾਤਾ ਪਿਤਾ ਅਤੇ ਸਕੂਲ ਸਟੂਡੈਂਟ ਸਕੂਲ ਦੇ ਟੀਚਰ ਸਾਹਿਬਾਨ ਦਾ ਸਭ ਦਾ ਨਾਂ ਉੱਪਰ ਕਰਨ ਅਤੇ ਫਰੀਦਕੋਟ ਜ਼ਿਲ੍ਹੇ ਦੀ ਸ਼ਾਨ ਵਧਾਉਣ। ਇਸ ਬੱਚੀ ਨੇ ਸਾਡਾ ਬਹੁਤ ਮਾਣ ਵਧਾਇਆ ਜੀ, ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ। ਅਸੀਂ ਕਹਿੰਦੇ ਪਰਮਾਤਮਾ ਸਭ ਨੂੰ ਐਂ ਵਧਾਵੇ ਅੱਗੇ ਜੀ, ਇਸ ਕਰਕੇ ਅਸੀਂ ਦਮਨ ਮੈਡਮ ਦਾ ਵੀ ਧੰਨਵਾਦ ਕਰਦੇ ਹਾਂ ਜੀ। ਉਹਨਾਂ ਨੇ ਬਸ ਜਦੋਂ ਪਹਿਲੇ ਦਿਨ ਮੈਂ ਇੱਥੇ ਆਪਣੀ ਬੇਟੀ ਦੀ ਐਡਮਿਸ਼ਨ ਕਰਾਉਣ ਆਇਆ ਸੀਗਾ ਜੀ, ਬਸ ਮੈਡਮ ਨੇ ਉਤਨੀ ਸਾਨੂੰ ਪੂਰਾ ਆਸ਼ਵਾਸਨ ਦਵਾਇਆ ਸੀਗਾ ਵੀ ਤੁਹਾਡੀ ਬੇਟੀ ਨਹੀਂ, ਅੱਜ ਤੋਂ ਬਾਅਦ ਮੇਰੀ ਬੇਟੀ ਹੈ ਇਹ, ਇਹਨੂੰ ਮੈਂ ਬੁਲੰਦੀਆਂ ਤੱਕ ਲੈ ਕੇ ਜਾਊਂਗੀ। ਕਹਿ ਰਹੀ ਸੀ ਕਿ ਮੈਨੂੰ ਮੋਟੀਵੇਟ ਤਾਂ ਮੈਡਮ ਵੀ ਕਰਦੇ ਸੀਗੇ, ਮੈਂ ਤਾਂ ਥੋੜ੍ਹਾ ਢਿੱਲੀ ਰਹਿੰਦੀ ਸੀਗਾ, ਕਈ ਸਹੀ ਗੱਲ ਹੈ? ਮੋਟੀਵੇਟ ਐਕਚੁਲੀ ਜਿਵੇਂ ਕਿ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਸਕੂਲ ਫੰਕਸ਼ਨ ਦੇ ਵਿੱਚ ਕਿ ਵੋਕੇਸ਼ਨਲ ਸਟਰੀਮ ਨੂੰ ਥੋੜ੍ਹਾ ਜਿਹਾ ਸਮਝਿਆ ਜਾਂਦਾ ਹੈ ਕਿ ਆਊਟ ਆਫ ਦਾ ਵੇ ਜਾ ਕੇ, ਸੋ ਬੱਚਾ ਥੋੜ੍ਹਾ ਜਿਹਾ ਡੀਮੋਟੀਵੇਟ ਹੋ ਜਾਂਦਾ ਸੀ ਕਿ ਮੈਮ ਮੈਂ ਇਸ ਸਟਰੀਮ 'ਚੋਂ ਤਾਂ ਲਈ ਹੈ ਅਤੇ ਮੇਰਾ ਫਿਊਚਰ ਪਤਾ ਨਹੀਂ ਕੀ ਹੋਏਗਾ, ਸੋ ਉਸ ਕਰਕੇ ਉਹਨੂੰ ਮੋਟੀਵੇਟ ਕਰਨਾ ਪੈਂਦਾ ਸੀ ਕਿ ਨਹੀਂ ਬੱਚੇ ਇਟਸ ਅ ਬੈਸਟ ਆਪਸ਼ਨ ਫੋਰ ਯੂ, ਡੋਂਟ ਵਰੀ, ਜੋ ਹੋਏਗਾ ਬਾਕੀਆਂ ਨਾਲੋਂ ਵਧੀਆ ਹੀ ਹੋਏਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ, ਮੈਂ ਹਾਂ ਗੁਰਜੀਤ ਸਿੰਘ ਰਮਾਣਾ। ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਰੀਦਕੋਟ। ਤਾਂ ਇੱਥੋਂ ਦੀ ਇੱਕ ਵਿਦਿਆਰਥਣ ਨੇ 12ਵੀਂ ਕਲਾਸ ਦੇ ਵਿੱਚੋਂ ਟੌਪ ਕੀਤਾ, ਤਾਂ ਅੱਜ ਉਸਦਾ ਮਾਣ ਸਨਮਾਨ ਸਕੂਲ ਵੱਲੋਂ ਕੀਤਾ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰਾਹੀਂ ਟੋਲ ਦੇ ਨਾਲ ਜਿਹੜਾ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ। ਬਹੁਤ ਵੱਡੀ ਗੱਲ ਹੈ ਪੂਰੇ ਪੰਜਾਬ ਦੇ ਵਿੱਚੋਂ ਟੌਪ ਕਰਨਾ ਅਤੇ ਇਸ ਫਰੀਦਕੋਟ ਸ਼ਹਿਰ ਦਾ ਨਾਮ ਜਿਹੜਾ ਰੋਸ਼ਨ ਕਰਨਾ। ਅੱਜ ਉਸ ਲੜਕੀ ਦਾ ਪੂਰੇ ਸਕੂਲ ਦੇ ਸਟਾਫ ਵੱਲੋਂ ਪ੍ਰਿੰਸੀਪਲ ਭੁਪਿੰਦਰ ਸਿੰਘ ਦੀ ਅਗਵਾਈ ਦੇ ਹੇਠ ਉਸਦਾ ਮਾਣ ਸਨਮਾਨ ਕੀਤਾ ਜਾ ਰਿਹਾ, ਹਾਰ ਪਾ ਕੇ ਜਿਹੜਾ ਉਸਦਾ ਸਵਾਗਤ ਕੀਤਾ ਜਾ ਰਿਹਾ। ਪੂਰਾ ਸਟਾਫ ਜਿਹੜਾ ਅੱਜ ਇੱਥੇ ਮੌਜੂਦ ਹੈ। ਤਾਂ ਉਸ ਬੱਚੀ ਨੇ ਜਿਹੜਾ ਇਸ ਸਕੂਲ ਦਾ ਹੀ ਨਹੀਂ ਫਰੀਦਕੋਟ ਦਾ, ਆਪਣੇ ਮਾਪਿਆਂ ਦਾ, ਪੰਜਾਬ ਦਾ ਨਾਮ ਜਿਹੜਾ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਹੈ। 12ਵੀਂ ਕਲਾਸ ਦੇ ਵਿੱਚ ਉਹ ਬੱਚੀ ਨੇ ਟੌਪ ਕੀਤਾ ਹੈ। ਤਾਂ ਸਵਾਗਤ ਕੀਤਾ ਜਾ ਰਿਹਾ ਹੈ ਬੱਚੀ ਦਾ। ਤਾਂ ਜਿੰਨੇ ਸਕੂਲ ਦੇ ਬੱਚੇ ਨੇ, ਵਿਦਿਆਰਥਣਾਂ ਨੇ, ਉਹ ਵਿਦਿਆਰਥਣਾਂ ਵੱਲੋਂ ਜਿਹੜਾ ਅੱਜ ਚਾਕ ਸਵੇਰੇ ਖੜ ਕੇ ਉਸਦਾ ਸਵਾਗਤ ਕੀਤਾ ਜਾ ਰਿਹਾ ਹੈ। ਤਾਂ ਬੱਚੀ ਦੇ ਨਾਲ ਉਸਦੇ ਮਾਤਾ ਪਿਤਾ, ਦਾਦਾ ਦਾਦੀ, ਤਾਂ ਸਾਰੇ ਪਰਿਵਾਰਕ ਮੈਂਬਰ ਅੱਜ ਇੱਥੇ ਨਾਲ ਪਹੁੰਚੇ ਨੇ, ਕਿਉਂਕਿ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਇੱਕ ਤੁਹਾਨੂੰ ਨਾਲੇ ਵੀ ਦੱਸ ਦਿੰਦੇ ਹਾਂ ਕਿ ਇੱਕ ਚਾਹ ਦੀ ਦੁਕਾਨ ਚਲਾਉਣ ਵਾਲੇ ਦੀ ਇਹ ਲੜਕੀ ਹੈ। ਤਾਂ ਉਸਨੇ ਇਹ ਟੌਪ ਕੀਤਾ, ਬਹੁਤ ਵੱਡੀ ਗੱਲ ਹੈ। ਇੱਕ ਜਿਹੜੀ ਗਰੀਬ ਪਰਿਵਾਰ ਦੀ ਜਿਹੜੀ ਲੜਕੀ ਨੇ ਅੱਜ
ਆਪਣੇ ਮਾਤਾ ਪਿਤਾ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਉਸ ਬੱਚੀ ਦੇ ਮਾਤਾ ਪਿਤਾ ਦਾ ਹਾਰ ਪਾ ਕੇ ਜਿਹੜਾ ਸਟਾਫ ਵੱਲੋਂ ਸਵਾਗਤ ਕੀਤਾ ਜਾ ਰਿਹਾ, ਕਿਉਂਕਿ ਇੱਕ ਗਰੀਬ ਪਰਿਵਾਰ ਦੀ ਲੜਕੀ ਹੈ, ਚਾਹ ਬਣਾਉਣ ਵਾਲੇ ਦੁਕਾਨਦਾਰ ਦੀ ਇਹ ਧੀ ਹੈ ਜਿਸ ਨੇ ਫਰੀਦਕੋਟ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੁਸ਼ਨਾਇਆ, ਤਾਂ ਅੱਜ ਉਸਦਾ ਸਵਾਗਤ ਕੀਤਾ ਜਾ ਰਿਹਾ। ਤਾਂ ਗੱਲਬਾਤ ਕਰਾਂਗੇ ਪੂਰੇ ਪਰਿਵਾਰ ਦੇ ਨਾਲ, ਬੱਚੀ ਦੇ ਨਾਲ, ਕਿ ਆਖਿਰ ਇੱਥੋਂ ਤੱਕ ਪਹੁੰਚਣ ਵਾਸਤੇ ਕੀ ਜਿਹੜਾ ਉਹਨਾਂ ਵੱਲੋਂ ਸਫਲਤਾਵਾਂ ਜਿਹੜੀਆਂ ਹਾਸਲ ਕੀਤੀਆਂ ਗਈਆਂ ਨੇ, ਕਿਉਂਕਿ ਜੇ ਆਪਾਂ ਗੱਲ ਕਰੀਏ ਤਾਂ ਜ਼ਿਆਦਾਤਰ ਜਿਹੜਾ ਹੈਗਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੀ ਜਿਹੜਾ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ। ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਜੇਕਰ ਸਰਕਾਰੀ ਸਕੂਲਾਂ ਦੇ ਵਿੱਚ ਲਾਵਾਂਗੇ, ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਹੈ ਨਹੀਂ, ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਾਈ ਜ਼ਿਆਦਾ ਹੁੰਦੀ ਹੈ। ਤਾਂ ਇਸ ਕਰਕੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜਾ ਜ਼ਿਆਦਾਤਰ ਬੱਚਿਆਂ ਨੂੰ ਜਿਹੜਾ ਐਡਮਿਸ਼ਨ ਉਹਨਾਂ ਦੀ ਕਰਵਾਈ ਜਾਂਦੀ ਹੈ। ਪਰ ਵੱਡੀ ਗੱਲ ਹੈ ਕਿ ਸਰਕਾਰੀ ਸਕੂਲ ਦੀ ਧੀ ਨੇ, ਸਰਕਾਰੀ ਸਕੂਲ ਦੀ ਇੱਕ ਵਿਦਿਆਰਥੀ ਨੇ ਪੂਰੀ ਦੁਨੀਆ ਦੇ ਵਿੱਚ ਨਾਮ ਰੋਸ਼ਨ ਕੀਤਾ। ਤਾਂ ਡਾਕਟਰ ਮਹਿੰਦਰ ਬਰਾੜ ਸਾਂਭੀ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਵਿੱਚ ਮੌਜੂਦ ਹਾਂ, ਕਿਉਂਕਿ ਇਸ ਸਕੂਲ ਦੀ 12ਵੀਂ ਕਲਾਸ ਦੀ ਬੱਚੀ ਨੇ ਬਹੁਤ ਵੱਡੀ ਉਪਲਬਧੀ ਹਾਸਲ ਕੀਤੀ ਹੈ, ਟੌਪ ਆਈ ਹੈ 12ਵੀਂ ਕਲਾਸ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ ਨਾਮ ਰੋਸ਼ਨ ਕੀਤਾ ਹੈ ਇਸ ਸੀਆ ਨਾਮ ਦੀ ਬੱਚੀ ਨੇ। ਤੁਹਾਨੂੰ ਨਾਲ ਦੱਸ ਦਿੰਦੇ ਹਾਂ ਕਿ ਇਹ ਬੱਚੀ ਜਿਹੜੀ ਮਿਡਲ ਪਰਿਵਾਰ ਦੀ ਹੈ, ਤਾਂ ਇਸ ਦੇ ਫਾਦਰ ਹੈ ਜਿਹੜੇ ਉਹ ਇੱਕ ਚਾਹ ਦੀ ਦੁਕਾਨ ਚਲਾਉਂਦੇ ਹੈ। ਤਾਂ ਬਹੁਤ ਵੱਡੀ ਗੱਲ ਹੈ, ਕਿਉਂਕਿ ਲਗਾਤਾਰ ਜਿਹੜੀਆਂ ਇਹ ਗੱਲਾਂ ਸਾਹਮਣੇ ਆ ਰਹੀਆਂ ਕਿ ਜੇ ਆਪਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਲਾਵਾਂਗੇ ਤਾਂ ਹੀ ਬੱਚੇ ਟੌਪ ਕਰਨਗੇ, ਤਾਂ ਹੀ ਤੁਹਾਡਾ ਨਾਮ ਰੋਸ਼ਨ ਕਰਨਗੇ, ਪਰ ਜੇਕਰ ਸਰਕਾਰੀ ਸਕੂਲਾਂ ਵਾਲੇ ਪਾਸੇ ਝਾਤ ਮਾਰ ਗਏ ਤਾਂ ਅੱਜ ਦੀ ਜਿਹੜੀ ਇਸ ਬੱਚੀ ਦਾ ਜਿਹੜਾ ਨਾਮਣਾ ਉਹਨੇ ਖੱਟਿਆ, ਤਾਂ ਮੈਨੂੰ ਲੱਗਦਾ ਹੈ ਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਪਿੱਛੇ ਛੱਡ ਰਹੇ ਨੇ। ਅਤੇ ਅੱਜ ਉਸ ਬੱਚੀ ਦਾ ਸਵਾਗਤ ਕੀਤਾ ਗਿਆ ਪੂਰੇ ਸਕੂਲ ਵੱਲੋਂ, ਤੁਸੀਂ ਦੇਖ ਸਕਦੇ ਹੋ ਜਿੰਨੇ ਬੱਚੇ ਹੈ ਤਾੜੀਆਂ ਮਾਰ ਕੇ ਅੱਜ ਉਹਨਾਂ ਵੱਲੋਂ ਸਵਾਗਤ ਕੀਤਾ ਗਿਆ, ਹਾਰ ਪਾ ਕੇ ਜਿਹੜਾ ਸਵਾਗਤ ਕੀਤਾ ਗਿਆ। ਸਭ ਤੋਂ ਵੱਡੀ ਗੱਲ ਹੈ ਕਿ ਪੂਰਾ ਸਟਾਫ ਇੱਥੇ ਮੌਜੂਦ ਹੈ। ਤਾਂ ਅੱਜ ਫਰੀਦਕੋਟ ਜ਼ਿਲ੍ਹੇ ਦੇ DO ਸਾਹਿਬ ਨੇ ਬਿਰਜ ਮੋਹਨ ਸਿੰਘ ਉਹ ਇੱਥੇ ਪਹੁੰਚੇ ਨੇ, ਡਿਪਟੀ DO ਨੇ ਪ੍ਰਦੀਪ ਦਿਓੜਾ ਜੀ ਉਹ ਪਹੁੰਚੇ ਨੇ, ਸਕੂਲ ਦਾ ਸਾਰਾ ਸਟਾਫ ਹੈ ਜਿਨ੍ਹਾਂ ਦੀ ਦੇਣ ਹੈ, ਜਿਹੜੇ ਪ੍ਰਿੰਸੀਪਲ ਹੈ ਭੁਪਿੰਦਰ ਸਿੰਘ ਬਰਾੜ, ਮੈਡਮ ਹੈ ਜਿਹੜੇ ਇਹਨਾਂ ਦੇ, ਉਹ ਸਾਰੇ ਅੱਜ ਇੱਥੇ ਮੌਜੂਦ ਨੇ। ਤਾਂ ਉਸ ਬੱਚੀ ਦੇ ਪੂਰਾ ਪਰਿਵਾਰ ਇੱਥੇ ਮੌਜੂਦ ਆ, ਉਹਨਾਂ ਦੇ ਪਿਤਾ ਜੀ, ਮਾਤਾ ਜੀ, ਦਾਦਾ ਜੀ, ਉਸ ਦੀ ਸਿਸਟਰ ਅਤੇ ਨਾਲ ਉਸ ਦਾ ਬ੍ਰਦਰ, ਉਹ ਵੀ ਸਾਰੇ ਇੱਥੇ ਮੌਜੂਦ ਨੇ। ਸਾਰਿਆਂ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਇੱਥੋਂ ਤੱਕ ਜਿਹੜੀ ਸਫਲਤਾ ਹਾਸਲ ਕੀਤੀ ਹੈ ਕਿਵੇਂ ਕੀਤੀ ਹੈ, ਕਿਸ ਦਾ ਵੱਡਾ ਯੋਗਦਾਨ। ਸਭ ਤੋਂ ਪਹਿਲਾਂ ਉਸ ਬੱਚੀ ਦੇ ਨਾਲ ਗੱਲ ਕਰਾਂਗੇ ਸੀਆ ਦੇ ਨਾਲ। ਸੀਆ, ਸਭ ਤੋਂ ਪਹਿਲਾਂ ਬੇਟੇ ਬਹੁਤ ਬਹੁਤ ਮੁਬਾਰਕ। ਥੈਂਕ ਯੂ ਸਰ, ਥੈਂਕ ਯੂ ਸੋ ਮੱਚ। ਸੀਆ, ਜਿਹੜਾ ਅੱਜ ਦਾ ਜਿਹੜਾ ਮੁਕਾਮ ਹਾਸਲ ਕੀਤਾ ਹੈ, ਮਨ ਦੇ ਵਿੱਚ ਕਿਤੇ ਸੋਚਿਆ ਸੀਗਾ ਇਹ ਕਿਵੇਂ ਸਾਰੀ ਸਫਲਤਾ ਹਾਸਲ ਹੋਈ? ਇੱਛਾ ਤਾਂ ਸੀਗੀ ਕਦੇ ਨਾ ਕਦੇ ਹੋਊਗਾ, ਅਤੇ ਅੱਜ ਜਦੋਂ ਹੋਈ ਜਾਂਦਾ ਯਕੀਨ ਨਹੀਂ ਹੁੰਦਾ ਪਿਆ ਹੈਗਾ, ਬਸ ਸਭ ਤਾਂ ਹੀ ਲੱਗਦਾ ਪਿਆ। ਯੋਗਦਾਨ ਕਿਹਦਾ ਮੰਨਦੇ ਹੋ ਇਹਦੇ ਵਿੱਚ? ਸਰ, ਪੇਰੈਂਟਸ ਦਾ, ਟੀਚਰਸ ਦਾ, ਪ੍ਰਿੰਸੀਪਲ ਸਰ ਦਾ, ਸਭ ਦਾ ਯੋਗਦਾਨ ਹੈ। ਇੱਕ ਮੈਨੂੰ ਇਹ ਵੀ ਪਤਾ ਲੱਗਿਆ ਬੇਟੀ, ਤੁਸੀਂ ਨਾਲ ਸਕੂਲ ਦੇ ਨਾਲ ਨਾਲ ਪੜ੍ਹਾਈ ਵੀ ਕਰਦੇ ਸੀਗੇ, ਨਾਲ ਆਪਣੇ ਫਾਦਰ ਦੀ ਮਦਦ ਵੀ ਕਰਦੇ ਸੀ, ਸਾਰੀ ਦੇਖ ਰੇਖ ਵੀ ਜਾ ਕੇ ਦੁਕਾਨ 'ਤੇ ਕਰਦੇ? ਹਾਂਜੀ, ਕਰਦੇ ਹਾਂ ਜੀ, ਦੁਕਾਨ ਘਰ ਦੇ ਵਿੱਚ ਹੀ ਹੈ, ਇਸ ਲਈ ਕਰਨਾ ਥੋੜ੍ਹਾ ਜਿਹਾ ਪੈਂਦਾ ਹੈਗਾ, ਅਤੇ ਨਾਲ ਸਾਰਿਆਂ ਦਾ ਸਪੋਰਟ ਹੁੰਦਾ। ਮਾਇੰਡ ਦੇ ਵਿੱਚ ਕਿਤੇ ਸੋਚਿਆ ਸੀਗਾ ਵੀ ਮੈਂ ਇੱਥੋਂ ਤੱਕ ਮੁਕਾਮ ਹਾਸਲ ਕਰੂੰਗੀ, ਆਪਣੇ ਮਾਤਾ ਪਿਤਾ ਦਾ, ਸਕੂਲ ਦਾ, ਫਰੀਦਕੋਟ ਦਾ, ਪੂਰੇ ਪੰਜਾਬ ਦਾ, ਦੁਨੀਆ ਦੇ ਵਿੱਚ ਨਾਮ ਰੋਸ਼ਨ ਆਉਂਗੇ? ਨਹੀਂ ਸੋਚਿਆ ਸੀ, ਸਪਨਾ ਹੀ ਲੱਗਦਾ ਪਿਆ। ਕਿਹਾ ਸਰ, ਸੁਪਨਾ ਹੀ ਹੈ? ਹਾਂਜੀ, ਸਖਤ ਮਿਹਨਤ। ਇਹ ਸੁਪਨਾ ਫਿਰ ਸਾਜਿਆ ਕਿਵੇਂ? ਬਸ ਮਿਹਨਤ ਨਾਲ ਅਤੇ
ਟੀਚਰਸ ਦਾ, ਪੇਰੈਂਟਸ ਦਾ, ਸਭ ਦਾ ਆਸ਼ੀਰਵਾਦ ਹੈ। ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਆ, ਕੌਣ ਕੌਣ? ਅਸੀਂ 5 ਮੈਂਬਰਸ ਆ, ਮੰਮੀ ਪਾਪਾ ਤੇ ਮੇਰੇ ਬ੍ਰਦਰ ਸਿਸਟਰ, ਮੈਂ ਆ। ਉਹ ਵੀ ਪੜ੍ਹਾਈ ਕਰ ਰਹੇ? ਹਾਂਜੀ, ਉਹ ਵੀ ਪੜ੍ਹਾਈ ਕਰ ਰਹੇ। ਇਹ ਵੀ ਪਤਾ ਲੱਗਿਆ ਤੁਹਾਡੀ ਜਿਹੜੀ ਸਿਸਟਰ ਹੈ 8ਵੀਂ ਦੇ ਵਿੱਚ, ਉਹਨੇ ਵੀ ਵਾਹਵਾ ਉਪਲਬਧੀ ਹਾਸਲ ਕੀਤੀ ਹੈ, 92% ਲੈ ਕੇ। ਹਾਂਜੀ, ਉਹਦੇ ਵੀ 92% ਆਏ ਹੈਗੇ। ਬਹੁਤ ਵੱਡੀ ਗੱਲ ਹੈ, ਪੂਰਾ ਪਰਿਵਾਰ ਇੱਥੇ ਮੌਜੂਦ ਹੈ, ਗੱਲਬਾਤ ਕਰਦੇ ਹੈ, ਕਿਉਂਕਿ ਜਿਹੜੀ ਇਹ ਸੀਆ ਦੀ ਮਾਤਾ ਕਾਫੀ ਖੁਸ਼ ਦਿਖਾਈ ਦੇ ਰਹੇ ਹੈ। ਕਿਵੇਂ ਲੱਗਦਾ ਜੀ ਅੱਜ ਜਿਹੜੀ ਖੁਸ਼ੀ ਹੈ, ਜਿਹੜੀ ਮੈਨੂੰ ਲੱਗਦਾ ਸਾਂਭੀ ਨਹੀਂ ਜਾਂਦੀ? ਹਾਂਜੀ, ਨਹੀਂ ਸਾਂਭੀ ਜਾਂਦੀ। ਹਾਂਜੀ, ਇਹਦੇ ਵਿੱਚ ਮਕਸਦ ਮੇਨ ਹੈਗਾ ਦਮਮ ਮੈਮ ਦਾ, ਜਿਹੜੇ ਮੈਂ ਉਹਨਾਂ ਨੂੰ ਆਪਣੇ ਤੋਂ ਵਧ ਕੇ ਦਿੱਤਾ, ਉਹਨਾਂ ਨੂੰ ਅਹੁਦਾ ਦਿੱਤਾ ਬਹੁਤ। ਇਹਦੀ ਜਿਹੜੀ ਕਲਾਸ ਟੀਚਰ ਦਮਨ ਮੈਮ ਆ, ਉਹਨਾਂ ਲਈ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਮੇਰੀ ਬੇਟੀ ਨੂੰ ਅੱਗੇ ਵਧਾਇਆ, ਬਹੁਤ ਜ਼ਿਆਦਾ ਥੈਂਕ ਯੂ। ਸੋਚਿਆ ਸੀ ਕਿਤੇ ਤੁਹਾਡੀ ਬੇਟੀ ਇੱਥੋਂ ਤੱਕ ਜਿਹੜਾ ਤੁਹਾਡੇ ਗੱਲ ਦੇ ਵਿੱਚ ਤੁਹਾਡੇ ਸਾਰੇ ਪਰਿਵਾਰ ਦੇ ਹਾਰ ਪਵਾਊਗੀ? ਨਹੀਂ ਸੋਚਿਆ ਸੀਗਾ, ਪਰ ਮਾਣ ਸੀਗਾ ਵੀ ਸਾਡੀ ਬੇਟੀ ਕੁਛ ਕਰੂਗੀ, ਅੱਗੇ ਵਧੂਗੀ। ਸਾਨੂੰ ਮਾਣ ਸੀ, ਅਸੀਂ ਆਪਣਾ ਕਿਵੇਂ ਮਤਲਬ ਕੀਤਾ। ਤੁਸੀਂ ਵੀ ਇਹਦੇ 92% ਲੈ ਗਏ 8ਵੀਂ? ਹਾਂਜੀ। ਅਤੇ ਕਿਵੇਂ ਲੱਗਦਾ, ਸੈਕਟਰ ਤੋਂ ਉੱਪਰ ਜਾਊਂਗੇ ਕਿ? ਹਾਂਜੀ ਸਰ, ਕਰੋਂਗੇ ਨਾਮ ਰੋਸ਼ਨ। ਤਾਂ ਇਸ ਸੀਆ ਦੇ ਦਾਦਾ ਜੀ ਹੈ, ਕਿਵੇਂ ਮਹਿਸੂਸ ਹੋ ਰਿਹਾ ਜੀ? ਬਹੁਤ ਹੀ ਖੁਸ਼ੀ ਹੈ ਜੀ, ਬਹੁਤ ਹੀ ਖੁਸ਼ੀ ਹੈ। ਨਹੀਂ ਸਾਂਭੀ ਜਾਂਦੀ ਫਿਰ ਖੁਸ਼ੀ? ਖੁਸ਼ੀ ਦੇ ਸਾਡੇ ਤੋਂ ਹਾਸੂ ਨਹੀਂ ਸਾਂਭੇ ਜਾਂਦੇ, ਅੱਖਾਂ ਦੇ ਵਿੱਚ ਅੰਸੂ ਦੇਖ ਲਓ ਤੁਸੀਂ, ਜਿਹੜਾ ਖੁਸ਼ੀ ਦੇ ਅੰਸੂ ਹੈ ਦਾਦਾ ਦੇ। ਇਹ ਬੱਚੇ ਨੇ ਸਾਡਾ ਨਾਂ ਰੋਸ਼ਨ ਕਰਤਾ, ਬਹੁਤ ਹੀ ਵਧੀਆ ਗੱਲ ਹੈ ਜੀ। ਸਭ ਤੋਂ ਜ਼ਿਆਦਾ ਖੁਸ਼ੀ ਸਾਰੇ ਸਕੂਲ ਦੇ ਵਿੱਚ ਹੈ ਜੀ। ਅਸੀਂ ਆਪਣੇ ਵੱਲੋਂ ਇਸ ਸਕੂਲ ਦੇ ਡੀਓ ਸਾਹਿਬ ਅਤੇ ਡਿਪਟੀ ਡੀਓ ਸਾਹਿਬ ਅਤੇ ਪ੍ਰਿੰਸੀਪਲ ਸਾਹਿਬਾਨ, ਸਕੂਲ ਦੇ ਸਭ ਟੀਚਰ ਸਾਹਿਬਾਨ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹੋਏ ਇਸ ਸਕੂਲ ਦੇ ਵਿੱਚ ਇਸ ਤਰ੍ਹਾਂ ਇਸ ਬੱਚੀ ਨੇ ਮਾਣ ਮਰਿਆਦਾ ਪ੍ਰਾਪਤ ਕੀਤੀ ਹੈ। ਅਗਲੇ ਸਾਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੱਚੀਆਂ ਮਾਣ ਮਰਿਆਦਾ ਪੂਰੀ ਕਰਕੇ ਆਪਣੇ ਮਾਤਾ ਪਿਤਾ ਅਤੇ ਸਕੂਲ ਸਟੂਡੈਂਟ ਸਕੂਲ ਦੇ ਟੀਚਰ ਸਾਹਿਬਾਨ ਦਾ ਸਭ ਦਾ ਨਾਂ ਉੱਪਰ ਕਰਨ ਅਤੇ ਫਰੀਦਕੋਟ ਜ਼ਿਲ੍ਹੇ ਦੀ ਸ਼ਾਨ ਵਧਾਉਣ। ਦਾਦੇ ਪੋਤੀ ਦਾ ਪਿਆਰ ਤਾਂ ਮੈਨੂੰ ਲੱਗਦਾ ਜ਼ਿਆਦਾ ਹੁੰਦਾ ਮਾਤਾ ਪਿਤਾ ਜੀ? ਇਹ ਇਸ ਤਰ੍ਹਾਂ ਕਿ ਮੂਲ ਨਾਲੋਂ ਵਿਆਹ ਚੰਗਾ ਹੁੰਦਾ, ਪਿਆਰਾ ਬਹੁਤ ਹੁੰਦਾ, ਫਿਰ ਇਹ ਬੱਚਿਆਂ ਦੇ ਵਿੱਚ ਕੋਈ ਐਸੀ ਨਹੀਂ ਕਿ ਉਹ ਮੂਲ ਨੇ ਮੁੱਲ ਪਾਤਾ ਪਾਤਾ ਜੀ, ਕਿਉਂਕਿ ਇਹ ਬੱਚਿਆਂ ਦੇ ਵਿੱਚ ਹੈ ਹੀ ਨਹੀਂ ਸੀਗੀ ਥੋੜ੍ਹੀ ਜਿਹੀ ਵੋਕ ਲਈ ਮੈਂ ਆਹ ਕਰਨਾ ਜਾਂ ਮੈਂ ਉਹ ਕਰਨਾ, ਮੇਰੀ ਵੀ ਦੁਕਾਨ ਹੈ, ਇਹਨਾਂ ਦੀ ਵੀ ਦੁਕਾਨ ਹੈ, ਜੇ ਮੈਨੂੰ ਆਪਣੀ ਹੈਲਪ ਦੀ ਲੋੜ ਹੈ ਮੈਂ ਬੱਚਿਆਂ ਨੂੰ ਬੁਲਾ ਲੈਂਦਾ ਸੀ ਆਪਣੀ ਦੁਕਾਨ 'ਤੇ, ਮੇਰੀ ਵੀ ਕਰਿਆਨੇ ਦੀ ਸ਼ੋਪ ਹੈ ਜੀ ਉੱਥੇ, ਜੇ ਇਹਨਾਂ ਨੂੰ ਹੈਲਪ ਦੀ ਲੋੜ ਇਹ ਲੈਂਦੀ ਸੀ। ਇਹ ਦੋਨੇ ਬੱਚਿਆਂ ਕਹਿ ਮੈਂ ਸੀ, ਬੱਚਿਆਂ ਨਹੀਂ ਸਮਝਦੇ, ਬੱਚੇ ਸਮਝਦੇ ਕਿ ਮੁੰਡਿਆਂ ਬਰਾਬਰ ਹੈ ਇਹ, ਮੈਂ ਆਪਣਾ ਮੁੰਡਿਆਂ ਦੇ ਨਾਲ ਮਾਲ ਨਹੀਂ ਕਰਦਾ ਜਿੰਨਾ ਬੱਚਿਆਂ 'ਤੇ ਕਰਦਾ। ਤਾਂ ਬੇਟੀ ਦੇ ਫਾਦਰ ਸਾਹਿਬ ਵੀ ਆ ਜੀ, ਕਿਵੇਂ ਮਹਿਸੂਸ ਹੋ ਰਿਹਾ? ਸਤਿ ਸ਼੍ਰੀ ਅਕਾਲ ਸਰ ਜੀ, ਸਰ ਬਹੁਤ ਖੁਸ਼ੀ ਹੋਈ ਸਰ, ਬਹੁਤ ਜ਼ਿਆਦਾ ਮਾਣ ਮਿਲਿਆ ਸਕੂਲ ਵਿੱਚ ਆ ਗਈ ਸਰ, ਸਟਾਫ ਦਾ ਸਰ, ਟੀਚਰਸ, ਪ੍ਰਿੰਸੀਪਲ ਸਰ, ਡੀਓ ਸਾਹਿਬ ਦਾ ਧੰਨਵਾਦ ਕਰਦੇ ਹਾਂ ਅਸੀਂ ਸਰ। ਸਰ ਇਸ ਬੱਚੀ ਨੇ ਸਾਡਾ ਬਹੁਤ ਮਾਣ ਵਧਾਇਆ ਜੀ, ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ, ਅਸੀਂ ਕਹਿੰਦੇ ਪਰਮਾਤਮਾ ਸਭ ਨੂੰ ਐਂ ਵਧਾਵੇ ਅੱਗੇ ਜੀ, ਇਸ ਕਰਕੇ ਅਸੀਂ ਦਮਨ ਮੈਮ ਦਾ ਵੀ ਧੰਨਵਾਦ ਕਰਦੇ ਹਾਂ ਜੀ। ਉਹਨਾਂ ਨੇ ਬਸ ਜਦੋਂ ਪਹਿਲੇ ਦਿਨ ਮੈਂ ਇੱਥੇ ਆਪਣੀ ਬੇਟੀ ਦੀ ਐਡਮਿਸ਼ਨ ਕਰਾਉਣ ਆਇਆ ਸੀਗਾ ਜੀ, ਬਸ ਮੈਡਮ ਨੇ ਉੱਧਰ ਹੀ ਸਾਨੂੰ ਪੂਰਾ ਆਸ਼ਵਾਸਨ ਦਵਾਇਆ ਸੀਗਾ ਵੀ ਤੁਹਾਡੀ ਬੇਟੀ ਨਹੀਂ, ਅੱਜ ਤੋਂ ਬਾਅਦ ਮੇਰੀ ਬੇਟੀ ਹੈ ਇਹ, ਇਹਨੂੰ ਮੈਂ ਬੁਲੰਦੀਆਂ ਤੱਕ ਲੈ ਕੇ ਜਾਊਂਗੀ, ਇਸ ਕਰਕੇ ਅਸੀਂ ਉਹਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ। ਤੁਸੀਂ ਦੁਕਾਨ ਚਲਾਉਂਦੇ ਹੋ, ਚਾਹ ਦੇ ਨਾਲ ਨਾਲ ਫਿਰ ਬੱਚਿਆਂ ਨੂੰ ਪੜ੍ਹਾ ਰਹੇ ਹੋ? ਹਾਂਜੀ ਸਰ, ਨਾਲ ਨਾਲ ਹੀ ਸਾਨੂੰ ਕੰਮ ਦੇ ਨਾਲ ਵਿਚਾਰੇ ਬੱਚੀਆਂ ਵੀ ਮੇਰਾ ਹੈਲਪ ਕਰਾਉਂਦੀਆਂ ਉੱਥੇ, ਪੂਰੀ ਪੂਰਾ ਕੰਮ ਕਰਦੇ ਸਾਥ ਦਿੰਦੀਆਂ ਇਹ।
ਜਿਹਨਾਂ ਮੈਡਮਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ, ਕਿਉਂਕਿ ਇਸ ਮੈਡਮ ਦੀ ਦੇਣ ਹੈ। ਜਿਵੇਂ ਹੁਣ ਸੁਣਿਆ ਹੈ ਕਿ ਉਹ ਮੈਡਮ ਦੇ ਮੋਟੀਵੇਟ ਬਹੁਤ ਕੀਤਾ, ਜਿਵੇਂ ਬੇਟੀ ਨੇ ਖੁਦ ਦੱਸਿਆ ਕਿ ਮੈਨੂੰ ਤਾਂ ਇਹ ਮੋਟੀਵੇਟ ਕਰਦੇ ਸੀ, ਮੈਂ ਤਾਂ ਸੋਚਦੀ ਸੀ ਇੱਥੋਂ ਤੱਕ ਪਹੁੰਚਿਆ ਨਹੀਂ ਜਾਵਾਂਗੇ। ਮੈਡਮ ਤੁਹਾਨੂੰ ਮਿਲਣਾ ਤਾਂ ਜ਼ਿਆਦਾ ਖੁਸ਼ੀ ਹੋ ਰਹੀ ਹੈ। ਬਹੁਤ ਖੁਸ਼ੀ ਹੈ ਜੀ, ਬਹੁਤ ਜ਼ਿਆਦਾ ਖੁਸ਼ੀ ਹੈ, ਮੇਰੇ ਤੋਂ ਸਾਂਭ ਹੀ ਨਹੀਂ ਜਾ ਰਹੀ। ਮੇਰੇ ਬੱਚੇ ਨੇ ਐਡੀ ਵੱਡੀ ਅਚੀਵਮੈਂਟ ਕੀਤੀ ਹੈ, ਅਤੇ ਆਈ ਥਿੰਕ ਪੇਰੈਂਟਸ ਤੋਂ ਬਾਅਦ ਟੀਚਰਸ ਦਾ ਹੀ ਨੰਬਰ ਆਉਂਦਾ ਬੱਚੇ ਦੀ ਲਾਈਫ ਵਿੱਚ, ਅਤੇ ਆਪਣੇ ਪੇਰੈਂਟਸ ਦੇ ਨਾਲ ਨਾਲ ਇਸ ਬੱਚੇ ਨੇ ਮੇਰਾ ਵੀ ਨਾਮ ਬਹੁਤ ਰੋਸ਼ਨ ਕੀਤਾ, ਸੋ ਖੁਸ਼ੀ ਬਣਦੀ ਹੈ। ਜਿਵੇਂ ਹੁਣ ਬੇਟੀ ਕਹਿ ਰਹੀ ਸੀ ਕਿ ਮੈਨੂੰ ਮੋਟੀਵੇਟ ਤਾਂ ਮੈਡਮ ਵੀ ਕਰਦੇ ਸੀ, ਮੈਂ ਤਾਂ ਥੋੜ੍ਹਾ ਢਿੱਲੀ ਰਹਿੰਦੀ ਸੀ, ਵਾਕਈ ਸਹੀ ਗੱਲ ਹੈ? ਮੋਟੀਵੇਟ ਐਕਚੁਲੀ ਜਿਵੇਂ ਕਿ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਸਕੂਲ ਫੰਕਸ਼ਨ ਦੇ ਵਿੱਚ ਕਿ ਵੋਕੇਸ਼ਨਲ ਸਟਰੀਮ ਨੂੰ ਥੋੜ੍ਹਾ ਜਿਹਾ ਸਮਝਿਆ ਜਾਂਦਾ ਹੈ ਕਿ ਆਊਟ ਆਫ ਦਾ ਵੇ ਜਾ ਕੇ, ਸੋ ਬੱਚਾ ਥੋੜ੍ਹਾ ਜਿਹਾ ਡੀਮੋਟੀਵੇਟ ਹੋ ਜਾਂਦਾ ਸੀ ਕਿ ਮੈਮ ਮੈਂ ਇਸ ਸਟਰੀਮ 'ਚ ਉਨਤਾ ਲਈ ਹੈ ਅਤੇ ਮੇਰਾ ਫਿਊਚਰ ਪਤਾ ਨਹੀਂ ਕੀ ਹੋਏਗਾ, ਸੋ ਉਸ ਕਰਕੇ ਉਹਨੂੰ ਮੋਟੀਵੇਟ ਕਰਨਾ ਪੈਂਦਾ ਸੀ ਕਿ ਨਹੀਂ ਬੱਚੇ ਇਟਸ ਅ ਬੈਸਟ ਆਪਸ਼ਨ ਫੋਰ ਯੂ, ਡੋਂਟ ਵਰੀ, ਜੋ ਹੋਏਗਾ ਬਾਕੀਆਂ ਨਾਲੋਂ ਵਧੀਆ ਹੀ ਹੋਏਗਾ। ਉਹਦਾ ਮੋਰਾਲ ਟਾਈਮ ਟੂ ਟਾਈਮ ਮੈਨੂੰ ਅਪ ਕਰਨਾ ਪੈਂਦਾ ਸੀ, ਸੋ ਦਿਸ ਵਾਜ਼ ਦਾ ਕਾਇੰਡ ਆਫ ਮੋਟੀਵੇਸ਼ਨ ਆਈ ਵਾਜ਼ ਗਿਵਿੰਗ ਹਰ। ਤਾਂ ਪ੍ਰਿੰਸੀਪਲ ਨੇ ਭੁਪਿੰਦਰ ਸਿੰਘ ਬਰਾੜ, ਕਿਉਂਕਿ ਇਹਨਾਂ ਦੀ ਅਗਵਾਈ ਦੇ ਹੇਠ ਜਿਹੜੀ ਸਾਰੀ ਟੀਮ ਹੈ ਵਰਕ ਕਰਦੀ ਹੈ, ਤਾਂ ਅੱਜ ਉਸ ਟੀਮ ਦਾ ਵਰਕ ਹੈ ਜਿਹੜਾ ਉਸਦਾ ਮੁੱਲ ਪਿਆ। ਕਿਵੇਂ ਮਹਿਸੂਸ ਹੋ ਰਿਹਾ ਜੀ ਅੱਜ, ਕਿਉਂਕਿ ਫਰੀਦਕੋਟ ਦੇ ਇਸ ਸਕੂਲ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰਿਸ਼ਨਾ ਰਿਹਾ? ਸਾਨੂੰ ਅੱਜ ਜਿਹੜੀ ਖੁਸ਼ੀ ਸੰਭਾਲੀ ਨਹੀਂ ਜਾਂਦੀ, ਸਹੀ ਮੈਂ ਦੱਸਾਂ ਜਦੋਂ ਸਾਨੂੰ ਪਤਾ ਲੱਗ ਗਿਆ ਬੇਟੀ ਦੇ ਰਿਜ਼ਲਟ ਦਾ, ਕਿਉਂਕਿ ਮੈਨੂੰ ਲਗਭਗ 4 ਸਾਲ ਹੋ ਗਏ ਆ, ਤਾਂ ਪਹਿਲੇ 2 ਸਾਲ ਤਾਂ ਸਾਡੇ ਕੋਵਿਡ 'ਚ ਹੀ ਲੰਘ ਗਏ ਸੀਗੇ, ਤਾਂ ਉਸ ਤੋਂ ਬਾਅਦ ਕਿਉਂਕਿ ਮੈਂ ਸਪੋਰਟਸ ਵਾਲਾ ਸੋਚ, ਮੈਂ ਤੁਹਾਨੂੰ ਸਹੀ ਗੱਲ ਦੱਸਾਂ ਕਿ ਜਦੋਂ ਸਕੂਲਾਂ ਦੇ ਜਦੋਂ ਅਸੀਂ ਮੈਚ ਦੇਖਦੇ ਸੀ ਤਾਂ ਸਾਨੂੰ ਫੀਲ ਹੁੰਦਾ ਸੀ ਯਾਰ ਸਾਡੇ ਕਿਉਂ ਨਹੀਂ ਬੱਚੇ ਆ ਰਹੇ, ਤਾਂ ਇੱਕ ਕੰਪੀਟੀਸ਼ਨ ਦੀ ਭਾਵਨਾ ਸਾਡੇ ਮੇਰੇ ਅੰਦਰ ਪੈਦਾ ਹੋਈ ਵੀ ਬੱਚਿਆਂ ਨੂੰ ਮੈਟ ਦੇ ਵਿੱਚ ਤਿਆਰ ਕਰੀਏ। ਤਾਂ ਅਸੀਂ ਪਿਛਲੇ 2 ਸਾਲਾਂ ਤੋਂ ਜਿਹੜਾ ਇਹ ਪ੍ਰੋਸੈਸ ਸ਼ੁਰੂ ਕੀਤਾ ਸੀਗਾ, ਅਸੀਂ ਜਦੋਂ ਪੇਪਰ ਹੋ ਜਾਂਦੇ ਮਾਰਚ ਦੇ ਵਿੱਚ ਤਾਂ ਉਹਨਾਂ ਦੇ ਬੱਚਿਆਂ ਦੇ ਜਿਹੜਾ ਕਿ ਅਕੋਰਡਿੰਗ ਅਸੀਂ ਗਰੁੱਪਿੰਗ ਕਰ ਲੈਂਦੇ ਹਾਂ, ਤਾਂ ਉਹ ਗਰੁੱਪਿੰਗ ਦਾ ਨਤੀਜਾ ਸਾਡਾ ਜਿਹੜਾ ਅੱਗੇ ਸਫਲ ਹੋਇਆ, ਤਾਂ ਸਾਨੂੰ ਖੁਸ਼ੀ ਤਾਂ ਜਿਹੜਾ ਵਾਕਈ, ਕਿਉਂਕਿ ਸਭ ਤੋਂ ਵੱਡੀ ਖੁਸ਼ੀ ਤਾਂ ਇਹ ਵੀ ਇੱਕ ਮੀਲ ਪੱਥਰ ਜਿਹੜਾ ਕਿ ਸਕੂਲ ਦਾ ਇਹ ਬੱਚੀ ਨੇ ਰੱਖਿਆ, ਕਿਉਂਕਿ ਇਸ ਤੋਂ ਪਹਿਲਾਂ ਮੈਟ ਦੇ ਵਿੱਚ ਕੋਈ ਬੱਚਾ ਨਹੀਂ ਆਇਆ ਸਕੂਲ ਦਾ, ਤਾਂ ਸਾਡੇ ਸਾਰਿਆਂ ਵਾਸਤੇ ਇੱਕ ਮੀਲ ਪੱਥਰ। ਵੱਡੀ ਗੱਲ ਹੈ ਜੀ, ਇਹ ਪਹਿਲਾ ਬੱਚਾ ਹੈ। ਹਾਂਜੀ, ਪਹਿਲਾ ਬੱਚਾ ਹੈ ਸਾਡੇ, ਕਿਉਂਕਿ ਸਾਰਿਆਂ ਵਾਸਤੇ ਬੜਾ ਮੀਲ ਪੱਥਰ ਹੈਗਾ, ਕਿਉਂਕਿ ਸਾਡੀ ਸਾਰਿਆਂ ਦੀ ਮਿਹਨਤ ਜਿਹੜਾ ਹੈਗਾ, ਖਾਸ ਕਰਕੇ ਮੈਂ ਕਹੂੰ ਬੱਚੇ ਦੀ ਮਿਹਨਤ, ਟੀਚਰ ਦੀ ਮਿਹਨਤ ਅਤੇ ਪੇਰੈਂਟਸ ਦਾ ਸਹਿਯੋਗ, ਇਹ ਸਾਰੇ ਜਦੋਂ ਰਲ ਜਾਂਦੇ ਤਾਂ ਉਹਦਾ ਨਤੀਜਾ ਜਿਹੜਾ ਹੈਗਾ ਕੁਦਰਤੀ ਤੌਰ 'ਤੇ ਆਉਣਾ ਸੁਭਾਵਿਕ ਹੁੰਦਾ। ਤਾਂ ਮੈਂ ਬੱਚੇ ਵਾਸਤੇ ਸ਼ੁਭਕਾਮਨਾ ਭੇਟ ਕਰਦਾ, ਨਾ ਪੇਰੈਂਟਸ ਨੂੰ ਵਧਾਈ ਦਿੰਦਾ, ਤਾਂ ਉਹਨਾਂ ਵਾਲੇ ਬੱਚਿਆਂ ਨੂੰ ਇੱਕ ਜਿਹੜਾ ਹੈਗਾ ਇੱਕ ਲੀਹ ਪੈ ਗਈ, ਇਹ ਸਾਡਾ ਜਿਹੜਾ ਰਾਸਤਾ ਬਣਿਆ, ਤਾਂ ਰਸਤੇ ਦੇ ਵਿੱਚ ਹੋਰ ਵੀ ਬਹੁਤ ਸਾਰੇ ਬੱਚੇ ਤਿਆਰ ਹੋਣਗੇ। ਤਾਂ ਜਿਵੇਂ ਤੁਹਾਨੂੰ ਵੇਖ ਤੁਸੀਂ ਆ ਦੇਖਿਆ ਹੋਣਾ ਵੀ ਸਾਡੇ ਜਿਹੜੇ ਫਲੈਕਸ ਹੈ ਜਿਹੜੇ ਅਸੀਂ ਪਿਛਲੇ 2 ਸਾਲਾਂ ਤੋਂ ਜਿਹੜੇ ਇਹਨਾਂ ਬੱਚਿਆਂ ਦੇ ਨਾਵਾਂ 'ਤੇ ਸ਼ੋਅ ਕਰਦੇ ਹਾਂ, ਲਾਉਂਦੇ ਹਾਂ ਤਾਂ ਕਿ ਬੱਚੇ ਪ੍ਰੇਰਿਤ ਹੋਣ, ਕਿਉਂਕਿ ਅਸੀਂ ਜਿਹੜਾ 2 ਬੱਚੇ ਅਕੈਡਮਿਕ ਤੌਰ 'ਤੇ, ਤਾਂ 2 ਬੱਚੇ ਜਿਹੜੇ ਗਏ ਅਦਰ ਐਕਟੀਵਿਟੀ, ਜਿਵੇਂ ਸਪੋਰਟਸ ਵਾਲਾ ਇੱਕ ਬੱਚਾ ਹੋ ਗਿਆ, ਇੱਕ ਬੱਚਾ ਜਿਹੜਾ ਹੈਗਾ ਅਦਰ ਐਕਟੀਵਿਟੀ ਦੇ ਵਿੱਚ ਹੋ ਗਿਆ, ਉਹ ਜਿਹੜਾ ਟੌਪ ਕਰਦਾ ਉਹਨਾਂ ਦੇ ਨਾਂ 'ਤੇ ਹਾਊਸ ਅਸੀਂ ਬਣਾਉਂਦੇ ਹਾਂ, ਤਾਂ ਉਹਨਾਂ ਦੀ ਟਰਮ 1-1 ਮਹੀਨਾ ਚੱਲਦੀ ਹੈ। ਤਾਂ ਇਹ ਬੱਚੇ ਜਿਹੜੇ ਹੈਗੇ ਆ ਹੋਰ ਵੀ ਸਾਡੇ ਬੱਚਿਆਂ ਵਾਸਤੇ ਚਾਨਣ ਮੁਨਾਰਾ ਬਣਦੇ ਆ। ਤਾਂ ਕਿ ਜਿਵੇਂ ਮੈਡਮ ਨੇ ਮੈਨੂੰ ਇੱਕ ਦਿਨ ਦੱਸਿਆ, 6ਵੀਂ ਕਲਾਸ ਦੀ ਬੱਚੀ ਸੀ, ਜਦੋਂ ਉਹਨਾਂ ਨੇ ਬੋਰਡ ਦੇਖਿਆ ਤਾਂ ਉਹ ਮੈਂ ਬੱਚਾ 6ਵੀਂ ਕਲਾਸ ਦਾ ਬੱਚਾ, ਕਹਿੰਦੀ ਮੈਡਮ ਨੂੰ ਵੀ ਮੇਰਾ ਨਾਂ ਕਦੋਂ ਲਿਖਿਆ ਜਾਊਗਾ ਇੱਥੇ ਬੋਰਡ ਦੇ ਉੱਤੇ। ਤਾਂ ਇਹ ਇੱਕ ਬਹੁਤ ਵੱਡੀ ਪ੍ਰੇਰਨਾ ਹੈ। ਤਾਂ ਇਹ ਇਸ ਬੱਚੀ ਨੇ ਮੈਟ ਦੇ ਵਿੱਚ ਆ ਕੇ ਸਾਡੇ ਹੋਰ ਵੀ ਬੱਚਿਆਂ ਨੂੰ ਉਤਸ਼ਾਹਿਤ ਕੀਤਾ। ਤਾਂ ਆਉਣ ਵਾਲੇ ਜਿਹੜਾ ਸਾਡਾ ਮਾਰਚ 25 ਦਾ ਇਮਤਿਹਾਨ ਹੋਊਗਾ, ਤਾਂ ਅਸੀਂ ਕੋਸ਼ਿਸ਼ ਕਰ, ਸਾਡੀ 100% ਆ ਵੀ ਅਸੀਂ 10 ਬੱਚੇ ਘੱਟੋ ਘੱਟ ਮੈਟ ਦੇ ਵਿੱਚ ਲਿਆਵਾਂਗੇ। ਤਾਂ ਇਹ ਟੀਚਰ ਸਾਹਿਬਾਨਾ ਇੱਕ ਸਟੇਜ ਤੋਂ ਤੁਸੀਂ ਹੋਰ ਵੀ ਐਲਾਨ ਕੀਤਾ ਕਿ ਇਸ ਪਰਿਵਾਰ ਦੀ ਵਿੱਤੀ ਸਹਾਇਤਾ ਦੀ ਲੋੜ ਹੋਵੇ, ਕਿਸੇ ਸਹਾਇਤਾ ਦੀ ਲੋੜ ਹੋਵੇ, 24 ਘੰਟੇ ਨਾਲ ਖੜੇ ਹਾਂ ਅਸੀਂ। ਵੈਸੇ ਤਾਂ ਅਸੀਂ ਬੱਚਿਆਂ ਦੇ ਨਾਲ 24 ਘੰਟੇ ਹੁੰਦੇ ਹਾਂ, ਜਿੰਨੇ ਸਾਡੇ ਬੱਚੇ ਹੈਗੇ ਟੀਚਰ ਆਰਥਿਕ ਤੌਰ 'ਤੇ ਮਦਦ ਕਰਦੇ ਹੀ ਕਰਦੇ ਹੈ,
ਤਾਂ ਸਾਡੇ ਸਾਰਿਆਂ ਵੱਲੋਂ ਸਮੇਂ ਸਮੇਂ 'ਤੇ ਬੱਚਿਆਂ ਦੀ ਮਦਦ ਕੀਤੀ ਜਾਂਦੀ ਹੈ ਤਾਂ ਮਹੀਨਾ ਜਿਹੜਾ ਹੈਗਾ ਵੀ ਕਿਉਂਕਿ ਮੈਨੂੰ ਫੀਲਡ ਦੇ ਵਿੱਚ ਹੋਣ ਕਰਕੇ ਪਤਾ ਵੀ ਜਿਹੜੇ ਬੱਚੇ ਪਲੱਸ ਟੂ ਕਰ ਜਾਂਦੇ ਆ ਤਾਂ ਕਾਲਜਾਂ ਦੇ ਵਿੱਚ ਜਾ ਕੇ ਫੀਸਾਂ ਭਰਨੀਆਂ ਬਹੁਤ ਔਖੀਆਂ ਹੋ ਜਾਂਦੀਆਂ ਕਿਉਂਕਿ ਕਾਲਜਾਂ ਦੇ ਵਿੱਚ ਕੋਈ ਰਿਆਇਤ ਨਹੀਂ ਮਿਲਦੀ ਗੀ। ਅਸੀਂ ਤਾਂ ਇੱਥੋਂ ਜੇਬਾਂ 'ਚੋਂ ਭਰ ਦਿੰਦੇ ਹਾਂ ਕਿਉਂਕਿ ਉੱਥੇ ਫੀਸਾਂ ਜ਼ਿਆਦਾ ਹੁੰਦਾ, ਟੀਚਰ ਭਰ ਵੀ ਨਹੀਂ ਸਕਦੇ ਗੇ। ਤਾਂ ਅਸੀਂ ਇਹ ਸ਼ੋਰ ਕਰਦੇ ਬੱਚੇ ਨੂੰ ਵਿਸ਼ਵਾਸ ਦਵਾਉਂਦੇ ਹਾਂ ਵੀ ਇਹਦੀ ਪੜ੍ਹਾਈ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਵਾਂਗੇ। ਅਸੀਂ ਕੋਸ਼ਿਸ਼ ਕਰਕੇ ਅਸੀਂ ਭਲਾਂ ਦੀ ਡੀਓ ਸਾਹਿਬ ਬੈਠੇ, ਡਿਪਟੀ ਡੀਓ ਸਾਹਿਬ ਬੈਠੇ ਜਾਂ ਤੁਹਾਡੇ ਵਰਗੇ ਸਮਾਜ ਸੇਵੀ ਬੈਠੇ ਆ, ਭਲਾ ਉਹਨਾਂ ਅੱਗੇ ਝੂਲੀ ਅੱਡਣੀ ਪਵੇ। ਅਸੀਂ ਜਿਹੜੇ ਹੈਗੇ ਬੱਚਿਆਂ ਦੇ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਹਾਂ ਅਤੇ ਅਸੀਂ ਜਿੰਨੀਆਂ ਵੀ ਸਾਡੇ ਕੋਲ ਮਦਦ ਹੋਈ ਅਸੀਂ ਕਰਾਂਗੇ, ਜੇ ਸਾਡੇ ਕੋਲ ਘਟੀ ਤਾਂ ਤੁਹਾਡੇ ਵਰਗੇ ਭਰਾਵਾਂ ਦਾ ਸਹਿਯੋਗ ਵੀ ਲਵਾਂਗੇ ਤਾਂ ਕਿ ਅਸੀਂ ਸਮਾਜ ਨੂੰ ਜਿਹੜਾ ਹੈਗਾ ਵਧੀਆ ਜਿਹੜੇ ਹੈਗੇ ਬੱਚੇ ਦੇ ਸਕੀਏ ਅਤੇ ਆਪਣੇ ਮੁਕਾਮਾਂ 'ਤੇ ਪਹੁੰਚ ਸਕਣ। ਡਿਪਟੀ ਡੀ ਓ ਅਤੇ ਡੀ ਓ ਸਾਹਿਬ ਵੀ ਸਾਡੇ ਨਾਲ ਆ ਅਤੇ ਡਿਪਟੀ ਡੀ ਓ ਨੇ ਪ੍ਰਦੀਪ ਦਿਓੜਾ, ਤਾਂ ਕਈ ਵਾਰੀ ਇੱਕ ਆਪਾਂ ਐਲਾਨ ਕਰ ਦਿੰਦੇ ਹਾਂ ਤਾਂ ਉਹ ਐਲਾਨ ਦਾ ਐਲਾਨ ਹੀ ਰਹਿ ਜਾਂਦਾ, ਅਤੇ ਪਰ ਡਿਪਟੀ ਡੀ ਓ ਨੇ ਨਾ 2100 ਰੁਪਈਆ ਤਾਂ ਬੇਟੀ ਨੂੰ ਅਤੇ ਬਾਕੀ ਜਿਹੜਾ ਬੱਚਿਆਂ ਵਾਸਤੇ ਉਹਨਾਂ ਦੇ ਵੀ ਮੂੰਹ ਮਿੱਠਾ ਕਰਵਾਉਣ ਵਾਸਤੇ ਵੀ ਪੈਸੇ ਨਗਦ ਨਾਲ ਦੀ ਨਾਲ ਦੇਤੇ ਹੈ। ਡੀ ਓ ਸਾਹਿਬ ਇਹ ਬਹੁਤ ਵੱਡੀ ਗੱਲ ਹੈ ਜੀ, ਕਿਉਂਕਿ ਐਲਾਨ ਹੁੰਦੇ ਹੈ ਪਰ ਅੱਜ ਤੁਹਾਡੇ ਖੁਦ ਤੋਂ ਨਹੀਂ ਖੁਸ਼ੀ ਸਾਂਭੀ ਗਈ? ਨਹੀਂ, ਬੜੀ ਸਾਡੇ ਲਈ ਮਾਣ ਵਾਲੀ ਗੱਲ ਹੈ ਜੀ। ਇਹ ਬੱਚੀ ਨੇ ਸਾਡੇ ਜ਼ਿਲ੍ਹੇ ਦਾ ਮਾਣ ਵਧਾਇਆ ਅਤੇ ਬੜੀ ਇੱਕ ਤੁਸ਼ ਆ ਮੈਂ ਇਨਾਮ ਭੇਟਾ ਬੱਚੀ ਨੂੰ ਦਿੱਤੀ ਹੈ। ਅਤੇ ਮੈਂ ਇੱਥੇ ਇਸੇ ਸੰਸਥਾ ਦੇ ਵਿੱਚ 8 ਸਾਲ ਬਤੌਰ ਲੈਕਚਰਾਰ ਕੰਮ ਕੀਤਾ ਅਤੇ ਮੈਨੂੰ ਪਤਾ ਹੈ ਕਿ ਬੱਚੀਆਂ ਦੇ ਨਾਲ ਕਿਸ ਤਰ੍ਹਾਂ ਮਹਿਸੂਸ ਹੁੰਦਾ ਜਦੋਂ ਇਹ ਖੁਸ਼ੀ ਮਨਾਉਂਦੀਆਂ। ਆਪਣਾਪਣ ਹੈ ਇਹਨਾਂ ਨੂੰ ਸਾਡੇ ਨਾਲ ਅਤੇ ਹਰ ਪੱਖ ਤੋਂ ਨਾਲ ਅਸੀਂ ਖੜ੍ਹੇ ਹਾਂ, ਸਾਡਾ ਜਿਹੜਾ ਡੀ ਓ ਸਾਹਿਬ, ਸਾਡਾ ਜ਼ਿਲ੍ਹਾ ਸਿੱਖਿਆ ਅਫਸਰ ਦਫ਼ਤਰ ਸਾਰਾ, ਕਿਸੇ ਪ੍ਰਕਾਰ ਦਾ ਕੋਈ ਵੀ ਸਾਨੂੰ ਜਦੋਂ ਵੀ ਆਵਾਜ਼ ਮਾਰਦੇ ਹਾਂ, ਕਿਸੇ ਸਹਿਯੋਗ ਦੀ ਲੋੜ ਪੈਂਦੀ ਹੈ ਤਾਂ ਅਸੀਂ ਹੁੰਦੇ ਹਾਂ। ਅਤੇ ਮੈਂ ਇੱਥੇ ਇਹ ਵੀ ਦੱਸਣਾ ਚਾਹਾਂਗਾ ਕਿ ਜਦੋਂ ਸਾਨੂੰ ਲੋੜ ਪੈਂਦੀ ਹੈ ਤਾਂ ਉਵੇਂ ਹੀ ਸਾਰਾ ਸਟਾਫ ਅਤੇ ਸਾਡੇ ਪ੍ਰਿੰਸੀਪਲ ਸਾਹਿਬ ਅਤੇ ਬੱਚੇ ਸਾਡੇ ਨਾਲ ਸਾਥ ਦਿੰਦੇ ਨੇ। ਅਤੇ ਸਾਡਾ ਇਹ ਜ਼ਿਲ੍ਹੇ ਦਾ ਮਾਣ ਮੱਤਾ ਸਕੂਲ ਹੈ ਜਿਹੜਾ ਕਿ ਸਿਰਫ ਪੜ੍ਹਾਈ 'ਚ ਨਹੀਂ, ਖੇਡਾਂ 'ਚ ਵੀ, ਕੋਲ ਕਰੀਕਲ ਐਕਟੀਵਿਟੀ 'ਚ ਵੀ ਅਤੇ ਹਰ ਫੀਲਡ ਦੇ ਵਿੱਚ ਇਹ ਨਾਮਨਾ ਖੱਟ ਰਿਹਾ। ਅਤੇ ਮੇਰੀ ਇਹੀ ਦੁਆ ਕਿ ਇਸੇ ਤਰ੍ਹਾਂ ਹੀ ਚੜ੍ਹਦੀਆਂ ਕਲਾਂ ਦੇ ਵਿੱਚ ਰਹੇ ਅਤੇ ਇਸੇ ਤਰ੍ਹਾਂ ਹੀ ਬੱਚੇ ਜਿਹੜੇ ਸਾਡੇ ਤੋਂ ਮਾਣ ਪ੍ਰਾਪਤ ਕਰਦੇ ਰਹਿਣ ਅਤੇ ਸਾਡਾ ਵੀ ਮਾਣ ਵਧਾਉਂਦੇ ਰਹਿਣ। ਜਿਹੜੀ ਪ੍ਰਿੰਸੀਪਲ ਨੇ ਗੱਲ ਕੀਤੀ, ਤੁਸੀਂ ਗੱਲ ਕੀਤੀ, ਇਹਦੇ ਨਾਲ ਬੱਚੇ ਬਹੁਤ ਮੋਟੀਵੇਟ ਹੋ ਜਾਣ। ਹਾਂ ਬਿਲਕੁਲ ਜੀ, ਬਿਲਕੁਲ ਹੋਣਾ ਚਾਹੀਦਾ ਜੀ ਇਹਨਾਂ ਨੂੰ। ਜਦੋਂ ਅਸੀਂ ਕਿਸੇ ਸੰਸਥਾ ਦੇ ਵਿੱਚ ਇੱਥੇ ਲੈ ਕੇ ਆਉਂਦੇ ਹਾਂ ਕਿਸੇ ਮਾਣਮੱਤੀ ਸ਼ਖਸੀਅਤਾਂ ਨੂੰ ਸਾਡੀਆਂ, ਜੇ ਮੈਂ ਗੱਲ ਕਰਾਂ ਤਾਂ ਸਾਡੇ SDM ਜੈਤੋ ਵੀ ਲੇਡੀਜ਼ ਨੇ, SDM ਕੋਟਕਪੁਰਾ ਵੀ ਲੇਡੀਜ਼ ਨੇ, ਇੱਥੇ DC ਸਾਹਿਬ ਵੀ ਉਦੋਂ ਲੇਡੀਜ਼ ਸੀਗੇ, ਤਾਂ ਉਹ ਇੱਥੇ ਆਉਂਦੇ ਆ ਤਾਂ ਉਹਨਾਂ ਨੂੰ ਇੱਥੇ ਲਿਆਉਣ ਦਾ ਮਕਸਦ ਹੀ ਇਹ ਕਿ ਉਹਨਾਂ ਨੂੰ ਦੇਖ ਕੇ ਇਹ ਹੋਰ ਮੋਟੀਵੇਟ ਹੋਣ ਅਤੇ ਆਪਣੇ ਆਪ ਨੂੰ ਇਹ ਨਾ ਸਮਝਣ ਕਿ ਮੈਂ ਇੱਕ ਲੜਕੀ ਹਾਂ ਮੈਂ ਕੀ ਕਰਾਂਗੀ, ਉਹਨਾਂ ਨੂੰ ਦੇਖ ਕੇ ਇਹਨਾਂ 'ਚ ਹੌਸਲਾ ਆਵੇ, ਪੜ੍ਹਨ ਅਤੇ ਉਸ ਰੁਤਬੇ ਤੱਕ ਪਹੁੰਚਣ ਦੇ ਲਈ ਇਹਨਾਂ ਦੇ ਵਿੱਚ ਚਿੰਨ ਪੈਦਾ ਹੋਵੇ। ਥੈਂਕ ਯੂ। ਤਾਂ DO ਸਾਹਿਬ ਨੇ ਸਾਡੇ ਨਾਲ, ਬਿਰਜਮੋਹਨ ਸਿੰਘ ਜੀ, DO ਸਾਹਿਬ ਨਵੀਂ ਜੁਆਇਨਿੰਗ ਕੀਤੀ ਹੈ, ਕਿਤੇ ਨਾ ਕਿਤੇ ਮਹਿਸੂਸ ਹੁੰਦਾ ਯਾਰ ਪਤਾ ਨਹੀਂ ਫਰੀਦਕੋਟ ਜ਼ਿਲ੍ਹੇ 'ਚ ਪਹੁੰਚੇ ਹੈ, ਦੇਖ ਰਹੇ ਹਾਂ ਪਤਾ ਨਹੀਂ ਕੀ ਹੋਊਗਾ, ਪਰ ਵੇਖ ਲਓ ਤੁਹਾਡੇ ਸਾਹਮਣੇ ਆ ਸਾਰਾ ਕੁਛ। ਨਿਰਮਾਣਾ ਸਾਹਿਬ, ਐਸੀ ਕੋਈ ਗੱਲ ਨਹੀਂ, ਐਡਮਿਨਿਸਟ੍ਰੇਸ਼ਨ 'ਚ 7 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਮੈਨੂੰ ਕੰਮ ਕਰਦੇ ਨੂੰ, ਅਤੇ ਔਰ ਇਸ 7 ਸਾਲਾਂ ਦੇ ਦੌਰਾਨ ਸਭ ਤੋਂ ਮਜ਼ੇ ਦੀ ਗੱਲ ਕਿ ਮੈਂ ਪਹਿਲਾਂ ਇਸ ਸਟੀਮ ਦਾ ਬੱਚਾ ਜਿਹੜਾ ਵੱਖ ਵੱਖ ਜ਼ਿਲ੍ਹਿਆਂ 'ਚ ਜਿੱਥੇ ਸਰਵਿਸ ਕੀਤੀ ਹੈ, ਪਹਿਲਾ ਬੱਚਾ ਇਸ ਸਟੀਮ ਦਾ ਜਿਹਨੇ ਇੱਕ ਭਾਵਨਾ ਲੋਕਾਂ ਦੀ ਕੱਟ ਦਿੱਤੀ ਕਿ ਇਸ ਸਟੀਮ ਦੇ ਵਿੱਚ ਕੁਛ ਆਊਟਪੁੱਟ ਹੈ ਨਹੀਂ ਗੀ, ਔਰ ਇਸ ਸਟੀਮ ਦੇ ਵਿੱਚ ਹੁਣ ਮੈਨੂੰ ਪਤਾ ਵੀ ਐਡਮਿਸ਼ਨ ਵੀ ਵਧਣ ਗਿਆ, ਔਰ ਸਟੀਮ ਐਕਚੁਲੀ ਵੋਕੇਸ਼ਨਲ ਗਰੁੱਪ ਸਰਕਾਰ ਨੇ ਚਲਾਏ, ਬੱਚਾ ਸੈਲਫ ਡਿਪੈਂਡੈਂਟ ਹੋ ਜਾਏ, ਵੱਲ ਸਿੱਖੇ ਵੀ ਅਸੀਂ ਸਮਾਜ ਵਿੱਚ ਵਿਚਰਨਾ ਕਿਵੇਂ, ਉਹਦੀ ਇੱਕ ਐਗਜ਼ਾਮਪਲ ਇਸ ਲੜਕੀ ਨੇ ਸੈੱਟ ਕੀਤੀ। ਔਰ ਜਦੋਂ ਮੈਂ ਸਕੂਲ 'ਚ ਆਇਆ, ਇੱਕ ਪੰਜਾਬੀ ਦੀ ਕਹਾਵਤ ਕਿਸੇ ਵੇਲੇ ਅਸੀਂ ਸੁਣਦੇ ਹੁੰਦੇ ਸੀਗੇ ਕਿ ਹੋਣ ਹਾਰ ਬਿਰਵਾਨ ਕੇ ਚਿਕਨੇ ਚਿਕਨੇ ਪਾਤ, ਉਹ ਜਦੋਂ ਅੰਦਰ ਵੜਿਆ ਤਾਂ ਇਹਨਾਂ ਦਾ ਡਿਸਿਪਲਿਨ, ਬੱਚਿਆਂ ਦਾ ਸ਼ਾਨਦਾਰ ਡਰੈਸ ਨਾਲ ਤਰੀਕੇ ਨਾਲ ਬੈਠਾ ਹੋਣਾ, ਸਟਾਫ ਦਾ ਸੋਹਣੇ ਢੰਗ ਨਾਲ ਬੈਠ ਕੇ ਮੇਨਟੇਨ ਕਰਨਾ, ਵਲੰਟੀਅਰ ਜਿਹੜੇ ਸੀ ਬੱਚੇ ਖੜ੍ਹੇ ਹੋਏ ਸੀ ਵਿੱਚ ਡਿਸਿਪਲਿਨ ਮੇਨਟੇਨ ਕਰਦੇ, ਅਤੇ ਉਹ ਦੱਸਦਾ ਸੀਗਾ ਕਿ ਭੁਪਿੰਦਰ ਸਿੰਘ ਨੇ ਅਗਵਾਈ ਜਿਹੜੀ ਕੀਤੀ ਹੈ ਬਹੁਤ ਸ਼ਾਨਦਾਰ ਕੀਤੀ ਹੋਈ ਹੈ। 19-20-21 ਦੋ ਸੈਸ਼ਨ ਸਾਡੇ ਇਸ ਤਰ੍ਹਾਂ ਟੱਪ ਗਏ ਕਿ ਉਹ ਕੋਵਿਡ ਦੇ ਪ੍ਰਭਾਵ ਥੱਲੇ
ਬੋਰਡ ਨੇ ਵੀ ਸਾਡੇ ਕੋਲ ਇੰਟਰਨਲ ਅਸੈਸਮੈਂਟ ਤੋਂ ਉਹਦੇ ਬਿਆਸ ਦੇ ਉੱਤੇ ਮੈਰਿਟ ਲਿਸਟਾਂ ਸੈੱਟ ਕੀਤੀਆਂ ਸੀ। 22-23 ਦਾ ਰਿਜ਼ਲਟ ਪਹਿਲਾਂ ਆਇਆ ਜਿੱਥੇ ਸਾਨੂੰ ਟਰੈਕ 'ਤੇ ਲਾਉਣ 'ਤੇ ਲਿਆਉਣੀ ਪਈ, ਪਰ ਮੈਂ ਵਧਾਈ ਦਿੰਦਾ ਪ੍ਰਿੰਸੀਪਲ ਸਾਹਿਬ ਨੂੰ, ਬੜੀ ਛੇਤੀ ਟਰੈਕ 'ਤੇ ਲਾਇਆ ਸਾਰਾ ਸਿਸਟਮ, ਐਜੂਕੇਸ਼ਨ ਦਾ ਸਿਸਟਮ ਜਿਵੇਂ ਜਿਵੇਂ ਹੁਣ ਟਰੈਕ 'ਤੇ ਆ ਰਿਹਾ, ਮੈਨੂੰ ਪਤਾ ਵੀ ਬਹੁਤ ਵਧੀਆ ਵਧੀਆ ਅਚੀਵਮੈਂਟ ਹੋਣਗੀਆਂ। ਸਾਰੇ ਜ਼ਿਲ੍ਹੇ ਦੀ ਐਕਚੁਅਲੀ ਅਚੀਵਮੈਂਟ ਸਾਡੇ ਕੋਲ ਹੈ ਕਿ 12ਵੇਂ ਨੰਬਰ 'ਤੇ ਪੰਜਾਬ 'ਚ ਸਾਡਾ ਖੜ੍ਹਾ, ਮੋਰ ਦੈਨ 95% ਦੀ ਐਵਰੇਜ ਨਾਲ ਬੱਚੇ ਸਾਡੇ ਇੱਥੋਂ ਦੇ ਪਾਸ ਹੋਏ ਨੇ। ਤੋ ਇਹਨਾਂ ਦੀ ਵੀ ਉਹੀ ਸ਼ਾਨ ਹੈ ਕਿ ਇਹਨਾਂ ਨੇ ਟਰੈਕ 'ਤੇ ਬੜੀ ਛੇਤੀ ਲਿਆਂਦਾ ਐਜੂਕੇਸ਼ਨ ਸਿਸਟਮ ਨੂੰ, ਆਪਦੇ ਸਕੂਲ ਦੇ ਸਿਸਟਮ ਨੂੰ। ਹੁਣ ਬੱਚਾ ਮੈਰਿਟ 'ਚ ਪਹਿਲੇ ਸਾਲ ਆਇਆ, ਅਤੇ ਅਸੀਂ ਉਮੀਦ ਕਰਦੇ ਹਾਂ ਵੀ ਇਹਨਾਂ ਦੇ ਨੀਟ 'ਚ ਵੀ ਬੱਚੇ ਆਉਣਗੇ, ਜਿਸ ਹਿਸਾਬ ਦਾ ਰੈਪੂਟੇਸ਼ਨ ਮੈਂ ਸੁਣੀ ਹੈ 2-3 ਮਹੀਨਿਆਂ ਦੇ ਸਟੇਨਿਓਰ ਦੇ ਵਿੱਚ ਆਪਦੇ। ਵੀ ਬਾਕੀ ਸਕੂਲਾਂ ਨਾਲੋਂ ਕੰਪੈਰੇਟਿਵਲੀ ਜਿੱਥੇ ਜਿੱਥੇ ਮੇਰਾ ਵਿਚਰਨ ਹੋਇਆ, ਹੁਣ ਸਭ ਤੋਂ ਵਧੀਆ ਸਕੂਲ ਮੈਨੂੰ ਇਹੀ ਲੱਗਿਆ। ਤੁਸੀਂ ਜੋ ਸਪੀਚ ਕਰ ਰਹੇ ਸੀਗੇ ਪੂਰੇ ਸਟਾਫ ਦੇ ਨਾਲ ਨਾਲ, ਬੱਚਿਆਂ ਨੂੰ ਖੁਦ ਨੂੰ ਉਹਨਾਂ ਨੂੰ ਆਪਦੀ ਸ਼ਾਬਾਸ਼ੀ ਉਹਨਾਂ ਦੇ ਹੱਥਾਂ ਤੋਂ ਦਵਾ ਰਹੇ ਸੀਗੇ, ਨਾਲ ਦੀ ਨਾਲ ਇਹ ਕਹਿ ਰਹੇ ਸੀਗੇ ਕਿ ਅਸੀਂ ਤਾਂ ਫੁੱਲੇ ਨਹੀਂ ਸਵਾ ਰਹੇ। ਨਹੀਂ ਸਰ, ਇਹ ਹੈ ਕਿ ਜਿੰਨੀ ਦੇਰ ਤੱਕ ਬੱਚਾ ਸੈਲਫ ਪ੍ਰੇਜ਼ ਨਹੀਂ ਕਰਨੀ ਸਿੱਖਦਾ, ਸਾਡੇ ਜੇਕਰ ਸਟਾਫ ਨੂੰ ਜਾਂ ਕਿਸੇ ਹੋਰ ਸੀਨੀਅਰ ਮੈਂਬਰਸ ਨੂੰ ਅਸੀਂ ਜਦੋਂ ACR ਵਗੈਰਾ ਭਰਾਉਂਦੇ ਹਾਂ, ਉਹਨਾਂ ਨੂੰ ਵੀ ਕਹੀਦਾ ਵੀ ਤੁਸੀਂ ਆਪਦੀ ਸੈਲਫ ਅਪ੍ਰੇਜ਼ ਲਿਖੋ ਵੀ ਤੁਸੀਂ ਖੁਦ ਕੀ ਕੀਤਾ। ਤਾਂ ਸਭ ਤੋਂ ਵੱਡਾ ਅਤੇ ਸਭ ਤੋਂ ਡਿਫੀਕਲਟ ਪੁਆਇੰਟ ਇਹੀ ਹੁੰਦਾ ਕਿ ਕਿਆ ਅਸੀਂ ਆਪਦੇ ਆਪ ਨੂੰ ਸ਼ਾਬਾਸ਼ ਦੇ ਸਕਦੇ ਹਾਂ ਆਈਨੇ 'ਚ ਖੜੋ ਕੇ ਆਪਦੇ ਆਪ ਨੂੰ ਦੇਖਣਾ ਵੀ, ਕਿਉਂਕਿ ਕਹਾਵਤ ਕਿ ਆਈਨਾ ਵਿੱਚ ਕਦੇ ਝੂਠ ਨਹੀਂ ਬੋਲਦਾ। ਉਹ ਆਪਣੇ ਆਪ ਨੂੰ ਹੱਥ 'ਚੋਂ ਰੇਸ ਕਰਕੇ ਖੁਦ ਨੂੰ ਸ਼ਾਬਾਸ਼ ਦਿੱਤੀ ਜਾਂਦੀ, ਤਾਂ ਆਪਦੇ ਆਪ ਨੂੰ ਪਤਾ ਹੁੰਦਾ ਵੀ ਮੈਂ ਸ਼ਾਬਾਸ਼ ਆਪਦੇ ਆਪ ਨੂੰ ਆਪੇ ਦੇਣ ਦੇ ਕਾਬਲ ਹੈਗਾ ਕਿ ਨਹੀਂ। ਅਤੇ ਜੇ ਬੰਦਾ ਇਸ ਗੱਲ 'ਤੇ, ਕੋਈ ਬੱਚਾ ਇਸ ਗੱਲ 'ਤੇ ਕਾਬਲ ਹੋ ਜਾਂਦਾ ਕਿ ਮੈਂ ਆਪੇ ਸ਼ਾਬਾਸ਼ ਦੇ ਸਕਦਾ, ਫਿਰ ਸਾਰਾ ਸਮਾਜ ਉਹਨੂੰ ਸ਼ਾਬਾਸ਼ ਦਿੰਦਾ ਜੀ। ਉਸੇ ਬੱਚੀ ਨੂੰ ਹੱਥ ਰੇਸ ਕਰਵਾਇਆ, ਇਹਦੇ ਆਸਰੇ ਸਾਰਿਆਂ ਨੂੰ ਮੋਟੀਵੇਟ ਕੀਤਾ ਵੀ ਤੁਸੀਂ ਸ਼ਾਬਾਸ਼ ਆਪਣੇ ਆਪ ਨੂੰ ਦਿਓ, ਕੱਲ੍ਹ ਨੂੰ ਉਹ ਟੀਚਰਾਂ ਦੀਆਂ ਗੁੱਡ ਬੁੱਕਸ ਆਉਣਗੇ। ਔਰ ਆਉਣ ਵਾਸਤੇ ਮੋਟੀਵੇਟਿਵ ਨੇ ਹਰ ਇੱਕ ਬੰਦਾ ਜਿਹੜਾ ਐਦ ਲੈ ਰਿਹਾ ਸੀ, ਬੱਚਾ ਐਦ ਲੈ ਰਿਹਾ ਸੀ ਕਿ ਅਸੀਂ ਜਿਹੜਾ ਉਹ ਅੱਗੇ ਤੋਂ ਇਹਦੀ ਥਾਂ ਮਿਲਣ ਦੀ ਕੋਸ਼ਿਸ਼ ਕਰਾਂਗੇ, ਅਸੀਂ ਆਪਦੇ ਆਪ ਨੂੰ ਮੈਰਿਟ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਇਹੀ ਸਾਡਾ ਮੋਟਿਵ ਹੈ ਕਿ ਬੱਚੇ ਵੱਧ ਤੋਂ ਵੱਧ ਸਿੱਖਣ, ਵੱਧ ਤੋਂ ਵੱਧ ਆਪ ਮੋਟੀਵੇਟ ਹੋਣ। ਅਤੇ ਜਿਵੇਂ ਸਾਡੇ ਮੇਰੇ ਸਾਥੀ ਦਿਓੜਾ ਸਾਹਿਬ ਕਹਿ ਰਹੇ ਨੇ ਕਿ ਕੋਟਕਪੂਰਾ ਦੀ SDM ਲੇਡੀਜ਼ ਹੈ, SP ਲੇਡੀਜ਼ ਨੇ, ਉਹ ਅਸੀਂ ਚਾਹੁੰਦੇ ਹਾਂ ਕਿ ਉਹ ਉਹਨਾਂ ਦੀਆਂ ਪਦਰੀ ਚਿਣਾਂ 'ਤੇ ਚੱਲਦੇ ਹੋਏ IAS ਅਫਸਰ, PCS ਅਫਸਰ ਦਾ ਉੱਚਾ ਸੁਪਨਾ ਵੇਖਣ, ਤਾਂ ਜੋ ਸਮਾਜ 'ਤੇ ਫਰੀਦਕੋਟ ਦਾ ਨਾਂ, ਬਾਬੇ ਫਰੀਦ ਦੀ ਧਰਤੀ ਦਾ ਨਾਂ ਸੱਚਮੁੱਚ ਉੱਚਾ ਹੋਵੇ। ਬਿਲਕੁਲ ਬਿਲਕੁਲ ਡੀਓ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਮੈਂ ਉਸੇ ਗੱਲ 'ਤੇ ਆਉਣ ਲੱਗਾ ਸੀਗਾ। ਬਾਬਾ ਫਰੀਦ ਦੀ ਪਵਿੱਤਰ ਪਾਵਨ ਛੋ ਪ੍ਰਾਪਤ ਧਰਤੀ ਹੈ, ਅਤੇ ਉੱਥੇ ਤੁਹਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ, ਅਤੇ 4-5 ਮਹੀਨਿਆਂ ਦੇ ਵਿੱਚ ਜਿਹੜਾ ਆਹ ਅੱਜ ਤੁਹਾਡੇ ਜਿਹੜਾ ਇਹ ਬੱਚੀ ਨੇ ਨਾਮ ਰੋਸ਼ਨ ਕਰਤਾ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਮਨ ਦੇ ਵਿੱਚ ਸੋਚ ਲਿਆ ਵੀ ਕਿੰਨੀ ਕੁ ਜਿਹੜੀ ਖੁਸ਼ੀ ਮਹਿਸੂਸ ਹੋਊਗੀ? ਸਰ, ਜਿੱਥੇ ਬਾਬਾ ਫਰੀਦ ਦੀ ਧਰਤੀ 'ਤੇ ਬੈਠੇ ਹਾਂ, ਆਪਦੇ ਆਪ ਵਿੱਚ ਬੜੀ ਮੋਟੀਵੇਸ਼ਨਲ ਪਾਵਰ ਹੈ। ਮੇਰੀ ਪਹਿਲੀ ਜੁਆਇਨਿੰਗ ਜਦੋਂ ਇੱਥੇ ਹੋਈ, ਅਤੇ ਜਦੋਂ ਅਸੀਂ ਉੱਥੇ ਗਏ ਹਾਂ, ਤਾਂ ਮੈਨੂੰ ਮਨ 'ਚ ਸ਼ੁਕਰਾਨਾ ਕਰਨ ਦਾ ਮੌਕਾ ਮਿਲਿਆ ਵੀ ਮੈਂ ਆਇਆ, ਮੈਂ ਬੜੀ ਪਵਿੱਤਰ ਧਰਤੀ 'ਤੇ ਆਇਆ, ਜੁਆਇਨਿੰਗ ਇੱਥੋਂ ਸਟਾਰਟ ਹੈ। ਔਰ ਰਿਐਲਿਟੀ ਦੱਸਦਾ ਕਿ ਮੈਨੂੰ ਵਾਪਸ ਨਾ ਜਾਣਾ ਪਵੇ, ਐਡੀ ਦੂਰ ਆਉਣਾ ਜਾਣਾ ਨਾ ਹੋਵੇ, ਤਾਂ ਮੈਂ ਇੱਥੋਂ ਕਦੇ ਵੀ ਟ੍ਰਾਂਸਫਰ ਨਾ ਲਵਾਂ ਆਪਦੀ, ਇਹ ਸੱਚ ਹੈ। ਪਰ ਹੋ ਸਕਦਾ ਜਿਵੇਂ ਬਾਬਾ ਫਰੀਦ ਰੱਖੇਗਾ ਫਿਰ ਰਵਾਂਗੇ ਜੀ, ਉਹਨਾਂ ਜੋ ਹੁਕਮ ਹੋਏਗਾ ਕਰਨਾ ਜੀ। ਬੇਟੀ ਹੁਣ ਮਾਇੰਡ ਦੇ ਵਿੱਚ ਕੀ ਸੋਚ ਲਿਆ, ਹੁਣ +2 ਕਰ ਲਈ ਹੈ, ਅੱਗੇ ਕੀ ਸੋਚਿਆ, ਕੀ ਬਣਨਾ ਚਾਹੁੰਦੇ ਆ, ਪਰਿਵਾਰ ਦਾ ਜਿਹੜਾ ਸੁਪਨਾ ਕੀ ਹੈ, ਉਹ ਸੁਪਨੇ 'ਤੇ ਕਿਵੇਂ ਖਰੇ ਉਤਰੋਗੇ? ਮੈਂ ਹਾਰਟੀਕਲਚਰ 'ਚ ਆਪਣੀ ਕੰਟੀਨਿਊ ਕਰਨਾ ਚਾਹੁੰਦੀ ਹਾਂ, ਇਹਦੇ 'ਚ ਆਪਣਾ ਫਿਊਚਰ ਸਿਕਿਓਰ ਕਰਕੇ ਟੀਚਿੰਗ ਲਾਈਨ 'ਚ ਜਾਣਾ ਚਾਹੁੰਦੀ ਹਾਂ। ਟੀਚਿੰਗ ਲਾਈਨ ਦੇ ਵਿੱਚ ਜਾਣਾ ਚਾਹੁੰਦੀ ਹਾਂ। ਹਾਂਜੀ, ਪਰਿਵਾਰ ਦੇ ਕੀ ਸੋਚਿਆ? ਪਰਿਵਾਰ ਤਾਂ ਕਹਿੰਦੇ ਵੀ ਸਾਡੀ ਬੇਟੀ ਕੋਈ ਅਫਸਰ ਬਣੇ, IPS ਬਣੇ, IAS ਬਣੇ। ਟੀਚਿੰਗ ਤੋਂ ਵੱਡਾ ਅਫਸਰ ਨਹੀਂ ਹੈਗਾ ਕੋਈ, ਟੀਚਰ ਸਭ ਤੋਂ ਵੱਡਾ। ਵੈਰੀ ਗੁੱਡ, ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਕਹੀ ਹੈ ਬੇਟੀ ਨੇ, ਟੀਚਿੰਗ ਤੋਂ ਵੱਡਾ ਕੋਈ ਅਫਸਰ ਨਹੀਂ ਗਾ। ਤਾਂ ਇਸ ਬੱਚੀ ਦੀ ਸੋਚ ਹੈ, ਕਿਉਂਕਿ ਆਪਾਂ ਜ਼ਿਆਦਾਤਰ ਦੇਖਿਆ ਕੋਈ ਕਹਿੰਦੇ ਅਸੀਂ ਡਾਕਟਰ ਬਣਨਾ ਹੈ, ਅਫਸਰ ਬਣਨਾ, ਅਸੀਂ DC ਬਣਾਂਗੇ, ਅਸੀਂ SSP ਬਣਾਂਗੇ, ਵੱਡੇ ਅਫਸਰ ਬਣਾਂਗੇ, ਪਰ ਇਸ ਬੱਚੀ ਨੇ ਇਹਨਾਂ ਟੀਚਰਾਂ ਦਾ ਜਿਨ੍ਹਾਂ ਦਾ ਸਿਰ 'ਤੇ ਹੱਥ ਹੈ, ਤਾਂ ਉਹਨਾਂ ਦਾ ਨਾਮ ਹੀ ਜਿਹੜਾ ਇਹਨਾਂ ਨੇ ਆਪਦੇ ਮਾਇੰਡ ਦੇ ਵਿੱਚ ਜਚਾ ਲਿਆ ਹੈ ਕਿ ਅਸੀਂ ਤਾਂ ਇਹ ਜਿਹੜਾ ਟੀਚਿੰਗ ਲਾਈਨ ਦੇ ਵਿੱਚ ਹੀ ਰਹਿਣਾ, ਬਹੁਤ ਵੱਡੀ ਗੱਲ ਹੈ। ਤਾਂ ਦੇਖਦੇ ਹਾਂ ਹੁਣ ਇਸ ਜਿਹੜਾ
ਸਕੂਲ ਨੇ ਜਿਹੜੀ ਇਹ ਉਪਲਬਧੀ ਹਾਸਲ ਕੀਤੀ ਹੈ ਇਸ ਬੱਚੀ ਦੇ ਨਾਮ 'ਤੇ। ਇਸ ਬੱਚੀ ਨੇ ਇੱਕ ਮਿਡਲ ਪਰਿਵਾਰ ਦੀ ਜਿਹੜੀ ਬੱਚੀ ਹੈ ਤਾਂ ਆਪਣੇ ਮਾਪਿਆਂ ਦਾ, ਇਸ ਸਕੂਲ ਦਾ, ਫਰੀਦਕੋਟ ਦਾ, ਪੂਰੇ ਪੰਜਾਬ ਦਾ, ਪੂਰੀ ਦੁਨੀਆ ਦੇ ਵਿੱਚ ਨਾਮ ਰੋਸ਼ਨ ਕੀਤਾ। ਦੇਖਦੇ ਹਾਂ ਕਿਉਂਕਿ ਇਹਨਾਂ ਦੇ ਮਨ ਦੇ ਵਿੱਚ ਬਹੁਤ ਹੋਰ ਸੋਚਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਸਕੂਲ ਦੇ ਵਿੱਚ ਉਹ ਬਥੇਰੀਆਂ ਜਿਹੜੀਆਂ ਉਪਲਬਧੀਆਂ ਦੇਖਣ ਨੂੰ ਮਿਲਣਗੀਆਂ। ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਫਰੀਦਕੋਟ ਦਾ ਨਾਮ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਕੂਲ ਵੱਲੋਂ ਕਿੰਨੇ ਕੁ ਬੱਚੇ ਜਿਹੜਾ ਰੋਸ਼ਨ ਕਰਦੇ ਨੇ। ਗੁਰਜੀਤ ਸਿੰਘ ਰਮਾਣਾ, D5 ਚੈਨਲ ਪੰਜਾਬੀ, ਫਰੀਦਕੋਟ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।